ਘਰੇਲੂ ਝਗੜੇ ਕਰਕੇ ਹੋਈਆਂ ਵਾਰਦਾਤਾਂ ਅਸੀਂ ਆਏ ਦਿਨ ਹੀ ਸੁਣਦੇ ਆ, ਪਰ ਅੱਜ ਅਸੀਂ ਤੁਹਾਨੂੰ ਇੱਕ ਨਵ ਵਿਆਹਤਾ ਦੀ ਇੱਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਵਿੱਚ ਇੱਕ ਨਵ ਵਿਆਹਤਾ ਕੁੜੀ ਘਰ ਵਾਲੇ ਤੋਂ ਤੰਗ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੰਦੀ ਹੈ, ਪਰ ਅਖੀਰ ਗਨੀਮਤ ਰਹੀ ਕਿ ਇੱਕ ਰਾਹ ਜਾਂਦਾ ਗੋਤਾਖੋਰ ਕੁੜੀ ਨੂੰ ਬਚਾ ਲੈਂਦਾ ਹੈ। ਅਤੇ ਜਦੋਂ ਰਾਹ ਜਾਂਦੇ ਲੋਕਾਂ ਵੱਲੋਂ ਕੁੜੀ ਨੂੰ ਪੁੱਛਿਆ ਗਿਆ ਕਿ ਤੂੰ ਇਸ ਤਰ੍ਹਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਿਉਂ ਕੀਤੀ, ਤਾਂ ਕੁੜੀ ਵੱਲੋਂ ਘਰ ਵਾਲੇ 'ਤੇ ਇਲਜ਼ਾਮ ਲਗਾਏ ਗਏ ਕਿ ਉਹ ਮੈਨੂੰ ਜਵਾਕਾਂ ਵਾਂਗ ਖਾਣ ਲਈ ਸਿਰਫ 10 ਰੁਪਏ ਦਿੰਦਾ ਅਤੇ ਕਾਫ਼ੀ ਤੰਗ ਪਰੇਸ਼ਾਨ ਵੀ ਕਰਦਾ। ਆਓ ਦਿਖਾਉਂਦੇ ਹਾਂ ਵੀਡੀਓ ਵਿੱਚ ਹੋਰ ਕੀ ਇਲਜ਼ਾਮ ਲਗਾਏ ਨੇ ਕੁੜੀ ਨੇ ਆਪਣੇ ਘਰ ਵਾਲੇ 'ਤੇ। ਛਾਲ ਮਾਰਨਾ ਨੀ ਏਦਾਂ ਗੱਲ ਮੁੰਡਾ ਹੋਰ ਛਾਲ ਮਾਰਨਾ ਸੀਗਾ ਉਹਨੂੰ ਦੇਖਣ ਵਾਸਤੇ ਆਇਆ ਤੇਰਾ ਘਰ ਵਾਲਾ ਆਪਣੇ ਰਿਸ਼ਤੇਦਾਰ ਨੂੰ ਪਤਾ ਕਰਨ ਵਾਸਤੇ ਤੇ ਮੈਂ ਬੋਲੂ ਜੀ ਮੈਂ ਰੋਪੜ ਤੋਂ ਹੀ ਕੰਮ ਮਰੰਡੇ ਕਰਦਾ ਨਾ ਕੀ ਤੇਰਾ ਗੁੱਸਾ ਹੋ ਰਿਹਾ ਤੇ ਮੈਂ ਮੈਨੂੰ ਇੰਨਾ ਦੁਖੀ ਕਰਦਾ ਇੰਨਾ ਦੁਖੀ ਕਹਿ ਚ ਕੋਈ ਪੈਸਾ ਤੇਲੇ ਕੁਛ ਵੀ ਦਿੰਦਾ ਹੈਗਾ ਮੈਂ ਨਿੱਕੀ ਥੋੜੀ ਆ ਜਿਹੜੇ 10 ਰੁਪਏ ਦਿੰਦਾ ਮੈਨੂੰ ਖਾਣ ਨੂੰ ਕਿੱਥੋਂ ਰਹਿੰਦੇ ਹੋ ਤੁਸੀਂ ਉਹ ਮਹੱਲੇ 'ਚ ਪਰੇ ਆਈਟੀ ਕੀ ਨਾਮ ਹੈ ਘਰ ਵਾਲੇ ਦਾ ਮੰਗਾ ਤੁਸੀਂ ਹੁਣ ਇੱਥੇ ਕਰੇ ਤੁਹਾਨੂੰ ਕੌਣ ਲੈ ਕੇ ਜਾਏਗਾ ਇੱਥੋਂ ਕੀ ਦਹੇਜ ਤੋਂ ਤੰਗ ਕਰਦੇ ਆ ਕੀ ਚੱਕਰ ਨਹੀਂ ਨਹੀਂ ਏਦਾਂ ਉਹਨਾਂ ਨੇ ਏਦਾਂ ਨਹੀਂ ਦਹੇਜ ਦੋਸਤਾਂ ਨੂੰ ਕੁਛ ਕਹਿੰਦੇ ਹੈਗੇ ਬਸ ਏਦਾਂ ਹੀ ਦੁਖੀ ਕਰਦੇ ਆ ਬਚਾ ਲਿਆ ਤੈਨੂੰ ਕੋਈ ਹੋਰ ਹੁੰਦਾ ਬਚਾ ਲੈਣਾ ਸੀ ਜਿੱਥੇ ਤੂੰ ਛਾਲ ਮਾਰਦਾ ਤੇਰਾ ਪਤਾ ਵੀ ਨੀ ਲੱਗਣਾ ਇੱਥੇ।